ਜਿਹੜਾ ਹੁੰਦਾ ਨਾ ਦਿਲੋਂ ਖੁਸ਼ੀ ਹੋਣੀ ਉਹ ਹੁਣ ਹੋਈ। ਸੋ ਮੈਂ ਕਿਹਾ ਆਪਣੀ ਬੈਟਰ ਹਾਫ ਨੂੰ ਕਿ ਲੈਟਸ ਹੈਵ ਅ ਪਾਰਟੀ, ਕਿਉਂਕਿ ਖੁਸ਼ੀਆਂ ਹੁਣ ਬਹੁਤ ਸਾਰੀਆਂ ਇਕੱਠੀਆਂ ਹੋ ਗਈਆਂ। ਜਮਰੌਦ ਦੀ ਰਿਲੀਜ਼ ਵੀ ਆ, ਜਿਵੇਂ ਤੁਸੀਂ ਕਿਹਾ ਚੌਪਾਲ ਦੇ ਉੱਪਰ 10 ਹੁਣੇ ਦਸੰਬਰ ਨੂੰ ਰਿਲੀਜ਼ ਹੋਈ ਆ। ਸੋ ਮੈਡਮ ਦਾ ਬਰਥਡੇ ਵੀ ਆ। ਇਟਸ ਸੱਚ ਅ ਰਿਲੀਫ ਕਿ ਮੇਰੇ ਲਈ 12 ਜਿਹੜੀ ਤਰੀਕ ਹੈ ਉਹ ਸਿਰਫ ਇਸ ਲਈ ਨਹੀਂ ਕਿ ਮੇਰਾ ਜਨਮ ਦਿਨ ਹੈ, ਇਸ ਲਈ ਵੀ ਕਿ ਸਾਰੇ ਹੁਣ ਘਰ ਆ ਰਹੇ ਨੇ ਐਂਡ ਇਟਸ ਸੋ ਨਾਈਸ। ਇੰਨੀ ਡੈਡੀਕੇਸ਼ਨ ਤੁਹਾਡੇ ਵਿੱਚ ਕਿੱਥੋਂ ਆਉਂਦੀ ਹੈ, ਕਿਉਂਕਿ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਸ਼ਾਇਦ ਘੱਟ ਨੇ ਇੱਦਾਂ ਦੇ ਐਕਟਰ? ਹਾਂ ਨਹੀਂ, ਬਿਲਕੁਲ ਸਹੀ ਕਿਹਾ ਤੁਸੀਂ, ਬਹੁਤ ਘੱਟ ਨੇ। ਕੁਲਜਿੰਦਰ ਸਿੱਧੂ ਇੱਕ ਹੀ ਹੈ। ਆਪਣੀ ਤਰੀਫ ਕਈ ਵਾਰ ਆਪੇ ਆਪ ਕਰਨੀ ਪੈਂਦੀ ਹੈ, ਵੈਸੇ ਮੈਂ ਕਰਦਾ ਨਹੀਂ ਹੁੰਦਾ ਨੋਰਮਲੀ। ਸੋ ਅੱਜ ਥੋੜ੍ਹੀਆਂ ਜਿਹੀਆਂ ਖੁਸ਼ੀਆਂ ਜ਼ਿਆਦਾ ਨੇ, ਇਸ ਕਰਕੇ ਮੈਂ ਥੋੜ੍ਹਾ ਓਵਰਫਲੋ ਹੋ ਰਿਹਾ। ਸੋ ਬੇਅਰ ਵਿਦ ਮੀ। ਇਹ ਬਹੁਤ ਹੀ ਸੁਲਝਿਆ ਹੋਇਆ, ਬਹੁਤ ਹੀ ਨਾਈਸ ਬੰਦਾ ਹੈ। ਸੋ ਸਾਡੀ ਲਵ ਮੈਰਿਜ ਹੋਈ ਆ, ਅਮਨ ਸ਼ਰਮਾ, ਮੈਂ ਹਿੰਦੂ ਪਰਿਵਾਰ ਤੋਂ ਹਾਂ, ਜੱਟ ਸਿੱਖ, ਤਾਂ ਰਿਲੀਜਨ ਡਿਫਰੈਂਸਿਸ ਬਹੁਤ ਸੀ ਅਤੇ ਇਹਨਾਂ ਦੀ ਮੋਮ ਵੀ ਅੰਮ੍ਰਿਤਧਾਰੀ ਸਿੱਖਣੀ ਹੈ। ਸੋ ਬਹੁਤ ਹੀ ਜ਼ਿਆਦਾ ਡਿਫਰੈਂਸਿਸ ਸੀ ਅਤੇ ਲੱਗਦਾ ਸੀ ਸ਼ਾਇਦ ਐਡਜਸਟ ਕਰਨਾ ਮੁਸ਼ਕਿਲ ਹੋ ਜਾਵੇਗਾ, ਪਰ ਹੁਣ ਵਿਆਹ ਤੋਂ ਬਾਅਦ ਆਲਮੋਸਟ ਸਾਨੂੰ 17 ਸਾਲ ਹੋ ਗਏ ਅਤੇ ਲੱਗ ਰਿਹਾ ਕਿ ਇਹ ਤੋਂ ਇਲਾਵਾ ਮੈਨੂੰ ਕੋਈ ਵਧੀਆ ਮੁੰਡਾ ਸੀ ਨਹੀਂ ਸੀ ਮਿਲ ਸਕਦਾ। ਘਰ ਦੇ ਸਾਰੇ ਕੰਮ ਮੈਂ ਕਰਦਾ, ਸਵੇਰੇ ਉੱਠਣ ਤੋਂ, ਭਾਂਡੇ ਮਾਂਜਣ ਤੋਂ, ਚਾਹ ਬਣਾਉਣ ਤੋਂ। ਚੁੱਲ੍ਹਾ ਇਹ ਜਦੋਂ ਮੈਂ ਨਵੀਂ ਮੇਰਾ ਵਿਆਹ ਹੋਇਆ ਸੀ ਨਹੀਂ, ਮੇਰੀ ਮੰਮੀ ਨੇ ਮੈਨੂੰ ਦੋ ਕੰਮ ਸਿਖਾਏ ਨੇ, ਇੱਕ ਤਾਂ ਚਾਹ ਬਣਾਉਣਾ ਅਤੇ ਇੱਕ ਚਾਵਲ ਬਣਾਉਣਾ, ਅਤੇ ਅੱਜ ਤੱਕ ਇੱਕ ਵਾਰੀ ਚਾਹ ਪਲਾਈ ਹੈ, ਬਸ ਇੰਨਾ ਕੰਮ ਕਰ ਲਿਆ। ਉਹ ਦੱਸੋ ਪਹਿਲਾਂ ਵੀ ਸੱਚੀ ਕਹਿ ਰਹੇ ਨੇ ਇਹ? ਨਹੀਂ ਯਾਰ, ਇਹਦੀ ਸ਼ਕਲ ਦੇਖ ਕੇ ਤੁਹਾਨੂੰ ਲੱਗਦਾ ਹੈ? ਨਹੀਂ। ਸਤਿ ਸ਼੍ਰੀ ਅਕਾਲ ਜੀ, ਫੇਮਸ ਪੰਜਾਬੀ ਟੀਵੀ ਨੂੰ ਤੁਸੀਂ ਵੇਖ ਰਹੇ ਹੋ ਅਤੇ ਮੈਂ ਹਾਂ ਸੋਹਿਲ ਖਾਨ। ਦੋਸਤੋ, ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਬਹੁਤ ਕਮਾਲ ਦੇ ਅਦਾਕਾਰ ਜਿਨ੍ਹਾਂ ਨੇ ਸਾਡਾ ਹੱਕ ਕੀਤੀ ਅਤੇ ਨਾਲ ਹੀ ਯੋਧਾ ਫਿਲਮ ਕੀਤੀ, ਅਤੇ ਹੁਣ ਉਹਨਾਂ ਦੀ ਫਿਲਮ ਜਮਰੌਦ ਵੀ ਰਿਲੀਜ਼ ਹੋਈ ਆ। ਅਤੇ ਖੁਸ਼ੀ ਦੁੱਗਣੀ ਉਦੋਂ ਹੁੰਦੀ ਆ ਜਦੋਂ ਕੁਲਜਿੰਦਰ ਸਿੱਧੂ ਜੀ ਦੀ ਜਿਹੜੀ ਵਾਈਫ ਹੈ ਨਿਧੀ ਜੀ, ਉਹਨਾਂ ਦਾ ਬਰਥਡੇ ਆ ਅੱਜ, ਅਤੇ ਇਸ ਤੋਂ ਇਲਾਵਾ ਖੁਸ਼ੀ ਜਿਹੜੀ ਤਿਗਣੀ ਉਦੋਂ ਹੁੰਦੀ ਹੈ ਕਿ ਜਦੋਂ ਸਾਡੇ ਕਿਸਾਨ ਭਰਾ ਦਿੱਲੀ ਤੋਂ ਜਿੱਤ ਕੇ ਪੰਜਾਬ ਵੱਲ ਆਉਂਦੇ ਨੇ। ਸੋ ਇਸ ਮੌਕੇ ਦੇ ਉੱਤੇ, ਇਹਨਾਂ ਖੁਸ਼ੀਆਂ ਦੇ ਮੌਕੇ ਦੇ ਉੱਤੇ ਕੁਲਜਿੰਦਰ ਸਿੱਧੂ ਸਾਹਿਬ ਅਤੇ ਉਹਨਾਂ ਦੀ ਵਾਈਫ ਨਿਧੀ ਸਿੱਧੂ ਸਾਡੇ ਨਾਲ ਇਸ ਵਕਤ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ। ਇਸ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ। ਕੀ ਹਾਲ ਚਾਲ ਹੈ? ਥੈਂਕ ਯੂ ਮੇਰੇ ਵੀਰ, ਥੈਂਕ ਯੂ। ਵਾਕਿਆ ਹੀ ਤੁਸੀਂ, ਸਤਿ ਸ਼੍ਰੀ ਅਕਾਲ ਜੀ, ਵਧੀਆ। ਅਤੇ ਬਹੁਤ ਸਾਰੀਆਂ ਮੁਬਾਰਕਾਂ, ਜਿਵੇਂ ਮੈਂ ਕਹਿ ਚੁੱਕਿਆ ਕਿ ਖੁਸ਼ੀ ਪਹਿਲਾਂ ਇੱਕ ਖੁਸ਼ੀ ਸੀਗੀ, ਫਿਰ ਦੁੱਗਣੀ ਹੋਈ ਅਤੇ ਫਿਰ ਤਿਗਣੀ ਹੋ ਗਈ, ਅਤੇ ਸਾਰੀਆਂ ਚੀਜ਼ਾਂ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਹਾਂ ਬਿਲਕੁਲ ਮੇਰੇ ਵੀਰ, ਖੁਸ਼ੀਆਂ ਸਾਂਭੀਆਂ ਨਹੀਂ ਸੀ ਜਾ ਰਹੀਆਂ, ਸੋ ਅਸੀਂ ਅੱਜ ਸੋਚਿਆ ਕਿ ਪਾਰਟੀ ਕਰਦੇ ਹਾਂ। ਕੁਦਰਤੀ ਮੇਰੀ ਘਰਵਾਲੀ ਦਾ ਜਨਮਦਿਨ ਵੀ ਸੀਗਾ। ਸੋ ਫਾਰਮਰਸ ਦੇ ਪ੍ਰੋਟੈਸਟ ਕਰਕੇ ਜਦੋਂ ਤੋਂ ਚੱਲ ਰਿਹਾ, ਜਦੋਂ ਤੋਂ ਅਸੀਂ 26 ਨਵੰਬਰ 2020 ਚੱਲ ਰਹੇ ਸੀ, ਜਦੋਂ ਦਿੱਲੀ ਅਤੇ ਦਿੱਲੀ ਪਹਿਲੇ ਦਿਨ ਮੈਂ ਵੀ ਗਿਆ ਸੀਗਾ। ਸੋ ਉਸ ਪ੍ਰੋਟੈਸਟ ਨੂੰ ਜਦੋਂ ਤੋਂ ਚੱਲ ਰਹੇ ਸੀਗੇ, ਭੁੱਖੇ ਪਾਣੀ ਜਿੱਦਾਂ ਵੀ ਬੈਠੇ ਸੀ ਜਿਹੜੀਆਂ ਹਾਲਾਤਾਂ ਵਿੱਚ, ਉਹਨਾਂ ਦੀ ਕੰਡੀਸ਼ਨ ਸਾਹਮਣੇ ਆ ਜਾਂਦੀ ਸੀ ਜਦੋਂ ਕੁਛ ਇੰਜੋਏ ਕਰਨ ਲੱਗਦੇ ਸੀ। ਓਨੈਸਟਲੀ ਦੱਸ ਰਿਹਾ, ਮੇਰਾ ਆਪਣਾ ਜਨਮਦਿਨ ਵੀ ਲੰਘਿਆ, ਕੋਈ ਅਸੀਂ ਮੱਠਾ ਜਿਹੇ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ, ਪਰ ਜਿਹੜਾ ਹੁੰਦਾ ਨਾ ਦਿਲੋਂ ਖੁਸ਼ੀ ਹੋਣੀ ਉਹ ਹੁਣ ਹੋਈ। ਸੋ ਮੈਂ ਕਿਹਾ ਆਪਣੀ ਬੈਟਰ ਹਾਫ ਨੂੰ ਕਿ ਲੈਟਸ ਹੈਵ ਅ ਪਾਰਟੀ, ਕਿਉਂਕਿ ਖੁਸ਼ੀਆਂ ਹੁਣ ਬਹੁਤ ਸਾਰੀਆਂ ਇਕੱਠੀਆਂ ਹੋ ਗਈਆਂ। ਜਮਰੌਦ ਦੀ ਰਿਲੀਜ਼ ਵੀ ਆ, ਜਿਵੇਂ ਤੁਸੀਂ ਕਿਹਾ ਚੌਪਾਲ ਦੇ ਉੱਪਰ 10 ਹੁਣੇ ਦਸੰਬਰ ਨੂੰ ਰਿਲੀਜ਼ ਹੋਈ ਆ। ਸੋ ਮੈਡਮ ਦਾ ਬਰਥਡੇ ਵੀ ਆ। ਸੋ ਅਸੀਂ ਬੜੇ ਲੱਕੀ ਹਾਂ ਕਿ ਅੱਜ, ਚਲੋ ਮੇਰੇ ਬਰਥਡੇ 'ਤੇ ਉਹ ਜਿਹੜੇ ਆਪਣੇ ਫਾਰਮਰ ਭੈਣ ਭਰਾ ਨੇ ਉਹ ਘਰ ਨੂੰ ਤੁਰ ਪਏ ਨੇ। ਬਹੁਤ ਵਧੀਆ ਲੱਗ ਰਿਹਾ ਕਿ ਫਾਈਨਲੀ ਇੰਨੇ ਟਾਈਮ ਬਾਅਦ ਫਾਈਨਲੀ ਉਹ ਆਪਣੇ ਘਰ ਜਾ ਰਹੇ ਨੇ, ਅਤੇ ਡੈਫੀਨੇਟਲੀ ਮੈਂ ਬਹੁਤ ਖੁਸ਼ ਹਾਂ ਕਿਉਂਕਿ ਇਹਨਾਂ ਦੀ ਫਿਲਮ ਰਿਲੀਜ਼ ਹੋਈ ਹੈ ਅਤੇ ਰਿਸਪੋਂਸ ਬਹੁਤ ਹੀ ਵਧੀਆ ਹੈ। ਅਤੇ ਮੈਂ ਰਿਕੁਐਸਟ ਕਰਾਂਗੀ ਕਿ ਸਾਰੇ ਦੇਖਣ ਅਤੇ ਇੱਕ ਵਾਰੀ ਦੱਸਣ, ਰਿਵਿਊਜ਼ ਵੀ ਪਾਉਣ ਕਿ ਕਿੱਦਾਂ ਦੀ ਲੱਗੀ। ਅਤੇ ਦੈਨ ਥੈਂਕ ਯੂ ਸੋ ਮਚ ਜੀ, ਬਰਥਡੇ ਤਾਂ ਹੈਗਾ ਹੀ ਹੈ ਪਰ ਮਜ਼ਾ ਇਹ ਦੋਗੁਣੀਆਂ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਹਦੇ ਨਾਲ ਬਹੁਤ ਵੱਧ ਗਿਆ, ਬੜਾ ਮਜ਼ਾ ਆ ਰਿਹਾ। ਆਮ ਸੋ ਹੈਪੀ ਜੀ। ਸੋ ਜੇ ਤੁਹਾਡਾ ਬਰਥਡੇ ਇੰਨਾ ਸਪੈਸ਼ਲ ਬਣ ਗਿਆ ਆ, ਸੋ ਖੁਸ਼ੀ ਕਿੰਨੀ ਕੁ ਹੋ ਰਹੀ ਹੈ ਜੀ? ਬਹੁਤ ਹੋ ਰਹੀ ਹੈ ਕਿਉਂਕਿ ਦੇਖੋ ਬਰਥਡੇ ਤਾਂ ਐਵਰੀ ਈਅਰ ਆਉਂਦਾ ਪਰ ਕੁਝ ਸਪੈਸ਼ਲ ਨਹੀਂ ਹੁੰਦਾ। ਇੱਕ ਤਾਂ ਕੋਵਿਡ ਚੱਲ ਰਿਹਾ, ਉਦਾਂ ਹੀ ਬੜਾ ਯੂ ਨੋ ਮਾਹੌਲ ਉੱਦਾਂ ਦਾ ਹੈ। ਉਤੋਂ ਫਾਰਮਰ ਸਾਡੇ ਜਿਹੜੇ ਭੈਣ ਭਰਾ ਨੇ ਉਹਨਾਂ ਨੇ ਬਹੁਤ ਕਸ਼ਟ ਕੱਟੇ ਆ, ਜਦੋਂ ਵੀ ਮੌਸਮ ਬਦਲਦਾ ਸੀ ਮੈਂ ਸੋਚਦੀ ਹਾਏ ਹੁਣ ਇੰਨੀ ਠੰਡ ਹੈ, ਹੁਣ ਇੰਨੀ ਗਰਮੀ ਹੈ, ਵਿਚਾਰੇ ਕਿਸ ਤਰ੍ਹਾਂ ਸਰਵਾਈਵ ਕਰਨਗੇ। ਬਟ ਹੁਣ ਇਟਸ ਸੱਚ ਅ ਰਿਲੀਫ ਕਿ ਮੇਰੇ ਲਈ 12 ਜਿਹੜੀ ਤਰੀਕ ਹੈ ਉਹ ਸਿਰਫ ਇਸ ਲਈ ਨਹੀਂ ਕਿ ਮੇਰਾ ਜਨਮ ਦਿਨ ਹੈ, ਇਸ ਲਈ ਵੀ ਕਿ ਸਾਰੇ ਹੁਣ ਘਰ ਆ ਰਹੇ ਨੇ ਐਂਡ ਇਟਸ ਸੋ ਨਾਈਸ ਜੀ। ਭਾਅ ਜੀ, ਮੈਨੂੰ ਪਰਸਨਲੀ ਤੌਰ 'ਤੇ ਸਵਾਲ ਪੁੱਛਣਾ ਚਾਹੁੰਦਾ ਇੱਕ, ਕਿ ਜਦੋਂ ਤੁਹਾਨੂੰ ਅਸੀਂ ਸਕਰੀਨ ਦੇ ਉੱਤੇ ਵੇਖ ਰਹੇ ਹਾਂ, ਹੈ ਨਾ, ਤੁਸੀਂ ਇੰਨਾ ਜ਼ਿਆਦਾ ਸ਼ਾਈਨ ਕਰਦੇ ਹੋ ਅਤੇ ਤੁਸੀਂ ਆਪਣੇ ਆਪ ਨੂੰ ਢਾਲ ਲੈਂਦੇ ਹੋ ਉਸ ਕਰੈਕਟਰ ਦੇ ਵਿੱਚ, ਹੈ ਨਾ, ਅਤੇ ਇੰਨੀ ਡੈਡੀਕੇਸ਼ਨ ਤੁਹਾਡੇ ਵਿੱਚ ਕਿੱਥੋਂ ਆਉਂਦੀ ਹੈ, ਕਿਉਂਕਿ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਸ਼ਾਇਦ ਘੱਟ ਨੇ ਇੱਦਾਂ ਦੇ ਐਕਟਰ? ਹਾਂ ਨਹੀਂ, ਬਿਲਕੁਲ ਸਹੀ ਕਿਹਾ ਤੁਸੀਂ, ਬਹੁਤ ਘੱਟ ਨੇ। ਕੁਲਜਿੰਦਰ ਸਿੱਧੂ ਇੱਕ ਹੀ ਹੈ। ਆਪਣੀ ਤਰੀਫ ਕਈ ਵਾਰ ਆਪੇ ਆਪ ਕਰਨੀ ਪੈਂਦੀ ਹੈ, ਵੈਸੇ ਮੈਂ ਕਰਦਾ ਨਹੀਂ ਹੁੰਦਾ ਨੋਰਮਲੀ। ਸੋ ਅੱਜ ਥੋੜ੍ਹੀਆਂ ਜਿਹੀਆਂ ਖੁਸ਼ੀਆਂ ਜ਼ਿਆਦਾ ਨੇ, ਇਸ ਕਰਕੇ ਮੈਂ ਥੋੜ੍ਹਾ ਓਵਰਫਲੋ ਹੋ ਰਿਹਾ। ਸੋ ਬੇਅਰ ਵਿਦ ਮੀ।
तो डेफिनेटली मेरी यही कोशिश है, मैं तो पंजाबी सिनेमा दे विच एक्टिंग करन आया नहीं सी, ना ही मेरा एक्टर बन दा कोई लक्ष्य सीगा, ना ही मकसद सीगा, सिर्फ एक फिल्म मेरे दिमाग दे विच बैठी हुई सी साडा हक कि आह वाली गल जिहड़ी आ लोकां तक लैके जानी आ, तो किरदार सी जिहड़ा उह वी मैनूं लग रिहा सी कि किरदार नूं मैं ही जस्टिफाई कर सकदा क्योंकि मैनू देख ही नहीं सी रहा कोई होर बंदा उस किरदार दे विच। सो बहुत सारे प्रोड्यूसर आउंदे सी कहिंदे सी कुलजिंदर तूं कहानी लिखी है बहुत वधिया लिखी आ, सानूं फलाना फलाना एक्टर लैन दे, पैसा तेरा कोई नहीं लगन देंगे, प्रोड्यूसर च भी तेरा नाँ है, कहानी भी तेरी है, तो तेरी बल्ले बल्ले हो जानी है, तेनू उही चाहिए है। मैं कह नहीं बल्ले बल्ले नहीं चाहिए, मैंने इस किरदार के नाल इस कहानी का इंसाफ चाहिए, मैं आप प्रोड्यूस कर लूँगा, पल्यों पैसे ला लूँगा, पर वो कहानी कही। सो वो कहानी नू लोगों ने इन्ना प्यार दिता, उस किरदार नू लोगों ने इन्ना प्यार दिता, कुलजिंदर सिद्धू नू इन्ना प्यार दिता कि कुलजिंदर सिद्धू उस तो बाद एक्टर बन गया, वो एक फिल्म ने एक्टर बनाता। सो उस किरदार दे विच ढलण लई जो कुछ मैं किया सीगा, दाढ़ी रखी, केस रखे, प्रोपर पग बन के उस गैटअप च आया, उस तो बाद योधा ले लई मैनू होर इनकरेजमेंट मिली, मैं बॉडी बनाई, शरीक दे लई मैनू एक विलन वाला करैक्टर मिलिया, मैं उहदे च ढल गया। सो उस तो बाद जाके रियलाइज़ होया कि बहुत सारे कीड़े ने अंदर, बहुत सारा पोटेंशियल हैगा अंदर, कई बार बंदे नूं अपने आप का पता ही नहीं हुंदा। सो मैनू नवा टाइम भी इज वर्क रियली हार्ड, योधा टाइम भी सिक्स पैक बनाया, पंजाबी इंडस्ट्री पहली बार होया कि किसी पंजाबी एक्टर ने सिक्स पैक बनाया, बहुत ही डिफिकल्ट सिलसिला चली जा रहा। हूँ जमरौद भी इदा ही एक अलग तरीके का करैक्टर तुम देखा, गुरमुख मेरी आ रही है, वह टोटली डिफरेंट देखोगे, एक बागी की धी मैं की है वो अलग होगा, हरीके अलग होगा, मतलब हर बार तू डिफरेंट शेड दिखेगी, तू किसी भी फिल्म के कुलजिंदर सिद्धू नहीं दिखेगा, जोड़ा करैक्टर कुलजिंदर सिद्धू प्ले कर रहा वो दिखेगा। सो यह मेरा जरूर ऑडियंस में सारियां भरोसा मैं दे सकता जी। सो बर्थडे गल तो असं जानना चाहवागे कि एक सिद्धू तो वह है जिहड़ा पंजाबी फिल्मों के बहुत चंगा चंगा काम करता है, सो एक वह है भी जिहड़ा थोड़े नाल हमेशा रहिंदा है, दोनों के फर्क की लगता है? दोनों के फर्क एक्चुअली ये बहुत ही सुलझा हुआ, बहुत ही नाइस बंदा है। सो साड़ी लव मैरिज हुई है अमन शर्मा, मैं हिंदू परिवार तो हैं जट सिख, तो रिलीजन डिफरेंसिस बहुत सी, तो इन्हों की मॉम भी अमृतारी सीखनी है, सो बहुत ही ज़्यादा डिफरेंसिस से, तो लगता सी शायद एडजस्ट करना मुश्किल हो जाएगा, पर हुण व्याह तो बाद ऑलमोस्ट सानू 17 साल हो गए, तो लग रहा है कि इस तो अलावा मैं कोई वधिया मुंडा सी नहीं सी मिल सकता। तो जे गल करिए आप ऑन स्क्रीन तो ऑफ स्क्रीन की, जिन्ना वधिया है ऑफ स्क्रीन उन्ना ही वधिया है ऑन स्क्रीन है, तो हर करैक्टर च ये बड़ी जल्दी स्किन च ढल जाता है, बहुत वधिया परफॉर्म करता है, तो बहुत ऑनेस्टली परफॉर्म करता है, बहुत मैटर करता है कि एक्टर उस करैक्टर लिए कितना ऑनेस्ट है ना, इट्स नॉट ऑलवेज अबाउट मनी और करैक्टर और स्क्रिप्ट और डायरेक्टर वॉट एवर, कितना ऑनेस्ट है और कितनी मेहनत कर रहा है वो सब तो इंपॉर्टेंट है। तो मैं लगता है कि बहुत वधिया एक्टर ने, मैनू तो लगता है, होपफुली बाकियों भी लगता होगा, तो लेट्स होप कि जमरौद देखने तो बाद थोड़ा जहा ये दसन ਲੋਕਾਂ ਨੂੰ ਕਿਵੇਂ ਦੀ ਲੱਗੀ ਫਿਲਮ। ਅੱਛਾ ਘਰ ਦੇ ਵਿੱਚ ਮਾਹੌਲ ਕਿੱਦਾਂ ਦਾ ਹੁੰਦਾ ਆ, ਵੀ ਤੁਹਾਨੂੰ ਜਦੋਂ ਕੋਈ ਕੰਮ ਕਹਿਣਾ ਹੋਵੇ ਕਦੇ ਇੱਦਾਂ ਹੁੰਦਾ ਨਾ ਵੀ ਐਕਟਰ ਡਾਇਲੋਗ ਦੇ ਵਿੱਚ ਬੋਲਦਾ ਵੀ ਯਾਰ ਚਾਹ ਲੈ ਕੇ ਆਈ ਅੱਜ, ਮਤਲਬ ਇੱਦਾਂ ਦਾ ਕੋਈ ਤੁਹਾਡਾ ਕੁਝ ਹੁੰਦਾ ਜਾਂ ਆਫਿਸ ਦੇ ਵਿੱਚ ਕੋਈ ਗੱਲਾਂ ਬਾਤਾਂ? ਘਰ ਦੇ ਸਾਰੇ ਕੰਮ ਮੈਂ ਕਰਦਾ, ਸਵੇਰੇ ਉੱਠਣ ਤੋਂ ਭਾਂਡੇ ਮਾਂਜਣ ਤੋਂ ਚਾਹ ਬਣਾਉਣ ਤੋਂ। ਸੱਚ ਲਾਇਓ ਇਹ ਜਦੋਂ ਮੈਂ ਨਵੀਂ ਮੇਰਾ ਵਿਆਹ ਹੋਇਆ ਸੀ ਇਸ ਨਹੀਂ, ਮੇਰੀ ਮੰਮੀ ਨੇ ਮੈਨੂੰ ਦੋ ਕੰਮ ਸਿਖਾਏ ਨੇ, ਇੱਕ ਤਾਂ ਚਾਹ ਬਣਾਉਣਾ ਅਤੇ ਇੱਕ ਚਾਵਲ ਬਣਾਉਣਾ, ਅਤੇ ਅੱਜ ਤੱਕ ਇੱਕ ਵਾਰੀ ਚਾਹ ਪਲਾਈ ਹੈ ਬਸ, ਇੰਨਾ ਕੰਮ ਕਰਦੇ ਨੇ। ਉਹ ਦੱਸੋ ਪਹਿਲਾਂ ਵੀ ਸੱਚੀ ਕਹਿ ਰਹੇ ਨੇ ਇਹ? ਨਹੀਂ ਯਾਰ, ਇਹਦੀ ਸ਼ਕਲ ਦੇਖ ਕੇ ਤੁਹਾਨੂੰ ਲੱਗਦਾ ਹੈ? ਨਹੀਂ ਨਹੀਂ, ਇਹ ਸਾਰੀ ਦੁਨੀਆ ਨੇ ਕੋਵਿਡ 'ਚ ਕੰਮ ਕੀਤਾ, ਇਹਨੇ ਕੋਵਿਡ 'ਚ ਵੀ ਕੋਈ ਕੰਮ ਨਹੀਂ ਕੀਤਾ, ਹੋਰ ਮੈਂ ਕੀ ਬੋਲਾਂ। ਹਾਂ ਨਹੀਂ, ਮੈਨੂੰ ਸਰਵ ਗੁਣ ਸੰਪੂਰਨ ਘਰ ਵਾਲੀ ਮਿਲੀ ਸੀਗੀ, ਮਤਲਬ ਸ਼ੀ ਇਜ਼ ਅ ਸੁਪਰ ਵੂਮਨ ਆਈ ਮਸਟ ਸੇ। ਅੱਜ ਇਹਦਾ ਵੈਸੇ ਵੀ ਬਰਥਡੇ ਆ, ਅਤੇ ਇਹ ਘਰ ਵੀ ਮੇਰੇ ਨਾਲ ਹੀ ਜਾਣਾ ਫਿਰ ਫਾਈਨਲੀ, ਜੋ ਮਰਜ਼ੀ ਕਹੀ ਜਾਵੇ, ਮਤਲਬ ਮੈਂ ਜਿੱਦਾਂ ਦਾ ਵੀ ਹਾਂ, ਪਰ ਵਾਕਈ ਇਹ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਇਹ ਕਹਿ ਰਿਹਾ ਕਿ ਵਾਕਈ ਮੈਨੂੰ ਜਿਹੜਾ ਰੱਬ ਜਿੱਦਾਂ ਕਹਿੰਦਾ ਨਾ ਜੋੜੀਆਂ ਉੱਪਰ ਬਣਦੀਆਂ ਨੇ, ਸੋ ਵਾਕਈ ਉਹਨੇ ਜੋੜੀ ਬਣਾਈ ਮੇਰੇ ਵਰਗੇ ਨਿਕੰਮੇ ਨਠੱਲੇ ਵਿਹਲੇ ਅਤੇ ਲੇਜ਼ੀ ਬੰਦੇ ਲਈ, ਇੱਦਾਂ ਦੀ ਸੁਪਰ ਵੂਮੈਨ ਬਣਾਈ ਜਿਹੜੀ ਮੇਰੇ ਸਾਰੇ ਕੰਮ ਸਾਂਭਦੀ ਆ। ਮੇਰਾ ਬੈਗ ਵੀ ਇਹ ਪੈਕ ਕਰਦੀ ਜਦੋਂ ਮੈਂ ਟਰੈਵਲ ਕਰਨਾ ਹੁੰਦਾ, ਮੇਰੀ ਹਰ ਚੀਜ਼ ਦਾ ਇਹਨੂੰ ਪਤਾ ਹੁੰਦਾ, ਇਸ ਤੋਂ ਬਿਨਾਂ ਮੈਂ ਇੱਕ ਦਿਨ ਵੀ ਸਰਵਾਈਵ ਨਹੀਂ ਕਰ ਸਕਦਾ। ਨਹੀਂ ਨਹੀਂ, ਹੀ ਇਜ਼ ਅ ਜੈਮ ਆਫ ਅ ਪਰਸਨ, ਇਹ ਉਹ ਵੀ ਜੋ ਵੀ ਬੋਲਣ, ਬੜੇ ਬਹੁਤ ਓਨੈਸਟ ਹੈ, ਬਹੁਤ ਮਿਹਨਤੀ ਹੈ, ਬਹੁਤ ਲੋਇਲ ਹੈ, ਹੀ ਇਜ਼ ਅ ਗੁੱਡ ਬ੍ਰਦਰ ਫਾਦਰ ਐਂਡ ਗੁੱਡ ਹਸਬੈਂਡ, ਮਤਲਬ ਬਹੁਤ ਹੀ ਵਧੀਆ ਬੰਦਾ ਹੈ। ਇਹਦੇ ਪੇਸ਼ੈਂਸ ਬਹੁਤ ਹੈ ਸਭ ਤੋਂ ਵੱਡੀ ਗੱਲ, ਇਜ਼ ਅ ਵੈਰੀ ਗੁੱਡ ਲਿਸਨਰ, ਮਤਲਬ ਇਹਨੂੰ ਤੁਸੀਂ 2 ਘੰਟੇ ਵੀ ਕੁਝ ਸੁਣਾਓਗੇ ਸੁਨੇਗਾ ਬਿਨਾਂ ਤੁਹਾਨੂੰ ਕੁਐਸਚਨ ਕੀਤੇ। ਇਹ ਦੂਜੀ ਵਧੀਆ ਗੱਲ ਹੈ, ਕਦੀ ਵੀ ਸੁਜੈਸ਼ਨ ਨਹੀਂ ਦਿੰਦਾ ਜਦ ਤੱਕ ਕਿ ਤੁਸੀਂ ਸਲਾਹ ਨਹੀਂ ਮੰਗੋਗੇ। ਸੋ ਆਈ ਥਿੰਕ ਇਹ ਗੁਣ ਬਹੁਤ ਘੱਟ ਲੋਕਾਂ 'ਚ ਹੈ, ਘੱਟ ਬੋਲਣਾ ਅਤੇ ਬਹੁਤਾ ਸੁਣਨਾ, ਸੋ ਇਹਦੇ 'ਚ ਹੈ ਤਾਂ ਸਾਡੀ ਵਧੀਆ ਕੱਟੀ ਜਾ ਰਹੀ ਹੈ। ਸੋ ਜਦੋਂ ਵੀ ਕੋਈ ਕਰੈਕਟਰ ਲੈ ਕੇ ਆਉਂਦੇ ਨੇ, ਕੋਈ ਨਵੀਂ ਫਿਲਮ ਕਰਨੀ ਹੁੰਦੀ ਹੈ, ਤੁਹਾਡੇ ਨਾਲ ਡਿਸਕਸ ਕਰਦੇ ਨੇ ਕਿ ਨਹੀਂ ਕਰਦੇ?
ये करते ने तो मैं क्योंकि इन्हों की फिल्मों की ईपी भी रह चुकी है, मैं सरबजीत फिल्म की हिंदी की कास्टिंग भी कर चुकी हाँ, मैं काफ़ी फिल्मा कर चुकी हाँ, मैं आर जे भी रह चुकी हाँ, तो मैं काफ़ी वक्रे वक्रे काम ओरेन इंटरनेशनल मेरा ब्रांड है तो भांति भांति तरह के काम किए हैं एंड वो भी ग्रास रूट लैवल तो आई कीप गाइडिंग हिम ऑन जे जो भी मेरे नाल डिस्कस करते मैं दसदी हाँ कि ये वधिया चंगा है इदा नहीं कि यदि फिल्म है जे वो मैं नहीं वधिया लगी आई टैल हिम मैं तो बड़ी बोर है यार मैं सौ गई ऑडियंस भी सौ जाऊँगी कुछ इदा दिल्मियाँ होंगे ना गिव हिम अ ट्रू एडवाइस तो एज अ लेमैन मैं दिंदी हाँ मैं एज अ वाइफ नहीं इन एडवाइस दिंदी तो मैं कहनी हाँ जी ये वधिया नहीं है तो मतलब नहीं है छुट्टी मैं सलाह नहीं दिंदी इन्हें इन्नी चंगी वाइफ थोड़ा मिली इन्नी मल्टी टैलेंटेड की कहना चाहते हो जी उस बारे हाँ नहीं वाकई मैं तो कह चुका कि वाकई शी इज़ मल्टी टैलेंटेड मल्टी टास्क ये हैंडल कर सकती है बहुत सारे काम एट ए सेम टाइम ये कर सकती मैं नहीं कर सकता मैं सिंगल ट्रैक पर चलन वाला बंदा मैं एक टाइम के उत्ते सिर्फ एक चीज़ के उपर फोकस रहना जे मैं करैक्टर च वड़ गया तो फिर मैं उस करैक्टर च हुंदा घर च भी आके कई बार मैं करैक्टर दे विच हुंदा सो मैं बहुत वारी अपने जोन च हुंदा सो ये मैनू वो फ्रीडम दिंदी आ कि ठीक है ये बंदा अपने जोन च बैठा पढ़न लई बैठा जां मैडीटेशन लई बैठा जां जिहड़े भी काम च बैठा जां कल्ला भी शांत बैठा तो लैट हिम बी द वे ही वॉन्ट्स टू बी मैडीटेशन बहुत करते हैं ही मैडीटेट्स अलॉट बहुत मैडीटेशन करते सवेरे शाम रब का नाम भी लेंदे आ तां उहदे कारण इज़ अ वेरी प्योर सोल बहुत वधिया इंसान है ते नाले हुन ऑन कैमरा है तो काफ़ी कुछ वधिया ही कहना पौगा सो बहुत ज़्यादा चंगा लग्या थोड़े नाल गलबात करके थोड़ा किवें लगा बहुत वधिया जी सो प्लेजर थैंक यू सो मच थैंक यू थैंक यू तुहानू एक बार फिर दोबारा बहुत बहुत मुबारक है थैंक यू सो मच जी थैंक यू वेरी मच थैंक यू सो दोस्तों ये साढ़े नाल बहुत क्यूट जी जोड़ी कुलजिंदर सिद्धू भाजी तो नीति साढ़े नाल मौजूद सके जिन्हां नाल गलबात की सो मुलाकात किवें दी लगी है कीमती प्रतिक्रिया जरूर देना थैंक यू सो मच